मम्मी मेरे सारे कपड़े पाटे पाए ने। डैडी नु आके मेरे नमे कपड़े ला दो। कोई ना पुत, तेनु नमे कपड़े भी लेके दवांगे ते आपा ना तेरे नानके भी जावांगे। तेरी नानी कहंदी सी मैं ना आशु वास्ते बहुत सारे कपड़े नवे ले आ। सच्ची मम्मी? फिर ता नानी कोल जरूर जावांगी। नानी कोल सोने सोने सूट भी ले आवांगी। हां पुत चलांगे आपा। मम्मी मेनू भूख लगी है, मैं रोटी खानी है, पई है कोई? जे ना भी बनी होगी तो मैं बना देनी हूं। चल आ जा बिंद्रो, मैं हुणे बना देनी हूं। चल आ तन रोटी बना के देनी। ओ बिंद्रो पानी का गिलास एक। मैं कुड़ी ने रोटी बना के देनी है फिर दे देनी है पानी। तेन सुनता नहीं, मैं पानी मंगी जाना। ਉਹ ਸਕੂਲ ਤੋਂ ਲੇਟ ਹੁੰਦੀ ਆ, ਮੈਂ ਰੋਟੀ ਦੇਣੀ ਆ ਉਹਨੂੰ। ਉਹ ਰੋਟੀਆਂ ਬਾਅਦ 'ਚ ਬਣਾ ਲਈ, ਕਿਤੇ ਨਹੀਂ ਭੱਜੇ ਜਾਂਦੇ ਰੋਟੀਆਂ। ਬਣਾਊਗੀ ਰੋਟੀਆਂ ਇਹ, ਬੋਲਦੀ ਆ ਮੂਹਰੇ ਇਹ। ਕੁੜੀ ਨੂੰ ਭੁੱਖ ਲੱਗੀ ਆ, ਫੜਾ ਦਿੰਦੀ ਆ ਪਾਣੀ ਤੈਨੂੰ। ਤੈਨੂੰ ਤਾਂ ਮੈਂ ਦੱਸਦਾ ਪਤਾ ਕਿਵੇਂ ਮੂਹਰੇ ਬੋਲੀਦਾ। फट जा, तू मैनू जवाब देनी है। जिस दिन दी इस घर च आई है ना, इस घर दी बर्बादी कीती पई है तू। तू मेरा जाना हराम कर रखा। बोलेंगे पूरे हूं, बोली मेरे सामने। क्या दफा हो जा तू। पर मम्मी की होया? मम्मी दी नहीं पानी है ये, जट दा अज बिना पानी दी पियो। चुप कर मम्मी, कोई गल नहीं पुत, तू चल रोटी खा ला, आ जा। नहीं मम्मी मैनू भूख नहीं लगी। मम्मी मैं नहीं खानी रोटी, तू चुप कर जा। मम्मी मैनू भूख नहीं लगी हैगी। कोई ना पुत, तू रोटी खा ला, इत्थे तो रोज दा ही काम। चित्रण दी इस घर च व्याह के आई हां, ओदण दे तेरे प्यो दे जुलम सह रही हां। चल आ पुत, तेन रोटी दवा। तू स्कूल तो लेट हो जाएगी, चल चली। किन्निया मौजा करती सी मैं पेके घर, पर किस्मत नू कुछ होर ही मंजूर सी। सवेर तो लेके शाम तो लेके रात तक बस काला कोट मार ते तसीहे चलती हैं। मम्मी मैं स्कूल चलती हूँ। नहीं रुक जा पुत, मैं तेरे रोटी बना के देनी हूँ, तू रोटी खा के जाए, चल आ जा। नहीं मम्मी मैं आके खा लूंगी, तू बीमार है ना मम्मी, राम कर ले। कोई ना पुत, तू स्कूल सारा दिन भुखी थोड़ी रहेंगी। चल आ, मैं तेरे दो फुलके ला देनी हूँ। चला। नहीं मम्मी तू राम कर ले, मैं आपे खा लूंगी आके। चल चंगा पुत। ਪਹਿਲਾਂ ਬਿੰਦਰ ਨੂੰ ਨਾ ਫੋਨ ਕਰ ਲਾ ਮੈਂ, ਬਾਕੀ ਕੰਮ ਤਾਂ ਦੇਖੇ ਜਾਣਗੇ ਬਾਅਦ ਚੋਂ। ਹੈਲੋ। ਹਾਂ ਬੀਬੀ ਕੀ ਹਾਲ ਆ? ਸਤਿ ਸ਼੍ਰੀ ਅਕਾਲ। ਹਾਂ ਪੁੱਤ ਬਿੰਦਰ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਠਾਕ ਹੈ? ਹਾਂ ਹਾਂ ਬੇਬੇ ਸਭ ਠੀਕ ਠਾਕ ਹੈ, ਤੂੰ ਆਪਣਾ ਦੱਸ। ਕੀ ਗੱਲ ਪੁੱਤ, ਬੜੀ ਉਦਾਸ ਜੀ ਬੋਲਦੀ ਹੈ ਤੂੰ, ਘਰੇ ਤਾਂ ਠੀਕ ਠਾਕ ਨੇ ਸਾਰੇ? ਨਹੀਂ ਨਹੀਂ ਬੇਬੇ, ਸਭ ਠੀਕ ਠਾਕ ਹੈ,
ਉਹ ਤਾਂ ਬਸ ਐਵੇਂ ਸਿਰ ਜਾ ਦੁਖਦਾ ਸੀ। ਨਾ ਗੱਲ ਸੁਣ ਪੁੱਤ, ਕਿਤੇ ਕਰਨੈਲ ਸਿੰਘ ਨਾਲ ਤਾਂ ਨਹੀਂ ਕੋਈ ਗੱਲ ਹੋ ਗਈ? ਨਹੀਂ ਨਹੀਂ ਬੇਬੇ, ਸਭ ਠੀਕ ਠਾਕ ਹੈ। ਚੱਲ ਹੋਰ ਸੁਣਾ ਪੁੱਤ, ਆਸ਼ੂ ਨੇ ਕਿੱਦਾਂ ਨੇ, ਕਰਨੈਲ ਸਿੰਘ ਕਿੱਦਾਂ, ਸਭ ਠੀਕ ਠਾਕ ਨੇ ਘਰੇ? ਸਾਰੇ ਠੀਕ ਨੇ ਬੇਬੇ। ਆ ਜਿਓ ਪੁੱਤ, ਕਦੇ ਮਾਰ ਜਿਓ ਗੇੜਾ ਹੈ। ਹੁਣ ਤਾਂ ਪੁੱਤ ਤੈਨੂੰ ਦੇਖਿਆ ਨੂੰ ਨਾ ਬਾਹਲਾ ਹੀ ਚਿਰ ਹੋ ਗਿਆ। ਹਾਂ ਆਊਂਗੀ ਬੇਬੇ, ਉਹ ਆਸ਼ੂ ਦੇ ਸਕੂਲ ਆ ਨਾ ਪੇਪਰ ਚੱਲਦੇ ਆ, ਬਸ ਜਦੋਂ ਹੀ ਮੁੱਕਦੇ ਆ ਫਿਰ ਅਸੀਂ ਆਵਾਂਗੇ ਤੁਹਾਡੇ ਕੋਲ। ਚੱਲ ਆ ਜਿਓ ਪੁੱਤ ਫਿਰ, ਨਾਲੇ ਗੱਲ ਸੁਣ, ਤੇਰੇ ਲਈ ਤੇ ਆਸ਼ੂ ਵਾਸਤੇ ਮੈਂ ਨਾ ਸੋਹਣੇ ਜਿਹੇ ਸੂਟ ਲੈ ਕੇ ਰੱਖੇ ਨੇ, ਹੈ ਸਮਾ ਕੇ ਪਾ ਲਈ ਪੁੱਤ। ਠੀਕ ਹੈ ਬੇਬੇ, ਕੋਈ ਨਾ ਮੈਂ ਮਾਰੂੰਗੀ ਗੇੜਾ। ਚੰਗਾ ਬੇਬੇ, ਮੈਂ ਰੱਖਦੀ ਹਾਂ। ਹੁਣ ਤੈਨੂੰ ਕੀ ਦੱਸਾਂ ਬੇਬੇ, ਮੈਂ ਇੱਥੇ ਕਿਵੇਂ ਬੈਠੀ ਹਾਂ, ਕਿਵੇਂ ਦਿਨ ਕੱਟਦੀ ਹਾਂ। ਮੈਂ ਕਿੱਥੇ ਜਾਣਾ, ਇੱਥੇ ਹੀ ਮਰਨਾ। ਕਿਹਨੂੰ ਦੱਸਾਂ ਮੈਂ ਦਿਲ ਦਾ ਹਾਲ। ਚੱਲ ਵੇਹਮਣਾ, ਇੱਥੇ ਤਾਂ ਆਏ ਕੱਟਣੇ ਪੈਣੇ ਆ। ਆ ਜਾਓ ਬਹਿ ਜਾਓ। ਆਹੋ ਸਰਜੀਤ ਕੁਰੇ, ਹੋ ਗਈ ਮਿੰਦਰੂ ਨਾਲ ਗੱਲ, ਠੀਕ ਠਾਕ ਨੇ ਸਾਰੇ? ਹਾਂ ਗੱਲ ਤਾਂ ਹੋ ਗਈ ਸੀ, ਕਹਿੰਦੀ ਸੀ ਮੈਂ ਠੀਕ ਠਾਕ ਹਾਂ, ਪਰ ਮੈਨੂੰ ਉਹ ਉਦਾਸ ਜਿਹੀ ਲੱਗੀ। ਬੇਬੇ ਚੰਗੀ ਤਰ੍ਹਾਂ ਪੁੱਛ ਲੈਂਦੀ ਬਿੰਦਰ ਭੈਣ ਨੂੰ ਵੀ ਹੁਣ ਤਾਂ ਨਹੀਂ ਕਰਨੈਲ ਸਿੰਘ ਨੇ ਕੁੱਟਿਆ। ਨਹੀਂ ਫਿਰ ਕਰੀਏ ਉਹਦੇ ਨਾਲ ਗੱਲ। ਉਹ ਹੈਪੀ, ਬੜਾ ਗੁੱਸਾ ਚੜਾਇਆ ਕਰੋ ਏ, ਨਾਲੇ ਘਰ 'ਚ ਦੋ ਭਾਂਡੇ ਹੁੰਦੇ ਨੇ ਨਾ, ਖੜਕਦੇ ਆਉਂਦੇ ਨੇ, ਨਾਲੇ ਉਹਨਾਂ ਦੀ ਆਪਸੀ ਗੱਲ ਹੈ। ਬਾਪੂ ਜੇ ਬਿਨਾਂ ਗੱਲ ਤੋਂ ਕੁੱਟੀ ਜਾਊਗਾ ਇਹ ਵੀ ਤਾਂ ਮਾੜੀ ਗੱਲ ਆ, ਜੇ ਸਾਡੀ ਕੁੜੀ 'ਚ ਕਸੂਰ ਆ ਤਾਂ ਸਾਨੂੰ ਦੱਸੇ, ਅਸੀਂ ਆਪ ਸਮਝਾਵਾਂਗੇ। ਉਹ ਪੁੱਤ ਹੈਪੀ, ਤੂੰ ਨਾ ਬਾਹਲਾ ਗੁੱਸੇ ਖੋ ਰਹੇ, ਨਾਲੇ ਮੈਨੂੰ ਕਿਹੜਾ ਬਿੰਦਰ ਨੇ ਕਿਹਾ ਵੀ ਕਰਨੈਲ ਸਿੰਘ ਮੈਨੂੰ ਤੰਗ ਕਰਦਾ ਜਾਂ ਉਹਨੇ ਮੈਨੂੰ ਕੁੱਟਿਆ, ਤੂੰ ਐਵੇਂ ਉਹਦੇ ਨਾਲ ਲੜਨ ਨੂੰ ਫਿਰਦਾ। ਹੋਰ ਪੂਰੀ ਗੱਲ ਤਾਂ ਸੁਣਦਾ ਨਹੀਂ, ਇਹ ਐਵੇਂ ਲੜਨ ਨੂੰ ਤਿਆਰ ਹੋ ਜਾਂਦਾ। ਬਿੰਦਰੋਂ ਕਹਿੰਦੀ ਸੀ ਮੈਂ ਆਊਂਗੀ, ਬਈ ਮੈਂ ਤਾਂ ਕਿਹਾ ਸੀ ਵੀ ਆਸ਼ੂ ਅਤੇ ਕਰਨੈਲ ਸਿੰਘ ਨੂੰ ਨਾਲ ਲਿਆਈ। ਗੱਲ ਸੁਣ ਵੇ, ਤੂੰ ਹੀ ਨਾ ਉਹਨਾਂ ਨਾਲ ਠੈਕਾ ਠੈਕੀ ਜੀ ਕਰਨ ਲੱਗ ਪਈ, ਇਹ ਰਿਸ਼ਤੇਦਾਰੀ ਹੈ, ਟੁੱਟਣ ਵਾਲੀ ਨਹੀਂ ਹੁੰਦੀ। ਸਹੀ ਕਹਿੰਦੀ ਤੇਰੀ ਮਾਂ, ਆਪਾਂ ਕੁੜੀ ਵਾਲਿਆਂ ਪੁੱਤ ਆਪਾਂ ਨੂੰ ਪਰਾਉਣੇ ਤਰਾਉਣੇ ਦੀਆਂ ਗੱਲਾਂ ਸਹਿਣੀਆਂ ਪੈਣਗੀਆਂ, ਸਮਝ ਗਿਆ? ਤੂੰ ਠੰਡਾ ਰੱਖਿਆ ਕਰ ਮਾੜੀ ਜੀ। ਚੱਲ ਤੂੰ ਆਏ ਕਰ, ਤੂੰ ਖੇਤਾਂ ਨੂੰ ਗੇੜਾ ਮਾਰ ਕੇ ਆ, ਨਾਲੇ ਪੱਠਿਆਂ ਨੂੰ ਪਾਣੀ ਲਾਉਣ ਵਾਲਾ ਹੋਇਆ ਪਿਆ। ਜਾ। ਉਹ ਚੰਗਾ ਚੰਗਾ, ਸੁਣ ਗਿਆ ਮੈਨੂੰ। ਦੇਖਿਆ ਇਹ ਆਡੀ ਸਿਆਣਾ ਹੋਣ ਨੂੰ ਫਿਰਦਾ, ਨਾ ਅਸੀਂ ਇਹਨੂੰ ਜੰਮਿਆ ਜਾਂ ਇਹਨੇ ਸਾਨੂੰ ਜੰਮਿਆ, ਕਮਲਾ ਜਿਹਾ ਨਾ ਹੋਵੇ ਤਾਂ। ਛੱਡ ਪਰ, ਤੂੰ ਚੱਲ ਲਿਆ ਮੜੀ ਜੀ ਕਰਕੇ, ਮੈਂ ਵੀ ਜਾਵਾਂ ਖੇਤ ਲਿਆਉਣੀ ਆ, ਇੱਥੇ ਤਾਂ ਸਾਰੀ ਦਿਹਾੜੀ ਚਾਹ ਹੀ ਚਾਹ, ਹੋਰ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ। ਛੇਤੀ ਲਈ ਮੜੀ ਜੀ। ਕਦੇ ਕਦੇ ਹੀ ਤਾਂ ਐਂ ਲੱਗਦਾ ਵੀ ਕੁੜੀ ਉੱਥੇ ਬਹਿ ਕੇ ਤਾਂ ਬਸ। ਉਹ ਪਾਲੋ ਥੋੜ੍ਹੀ ਥੋੜ੍ਹੀ, ਕਿਉਂ ਕੁਜੂਸੀ ਕਰੀ ਜਾਂਦਾ ਯਾਰ, ਉਹ ਤੁਹਾਡੇ ਸਾਹਮਣੇ ਐਡੀ ਬੋਤਲ ਪਈ ਹੈ। ਉਹ ਲਾਲਾ ਬਈ ਲਾਲਾ, ਹਜੇ ਤਾਂ ਕੰਮ ਸ਼ੁਰੂ ਹੋਇਆ। ਉਹ ਗੱਲ ਸੁਣੋ ਮੇਰੀ, ਮੇਰਾ ਤਾਂ ਹਜੇ ਕੱਖ ਵੀ ਨਹੀਂ ਬਣਿਆ ਯਾਰ। ਬੂਟੇ ਜਿੰਨੀ ਮਰਜ਼ੀ ਪੀ ਲਈ, ਹੁਣ ਤਾਂ ਦਾਰੂ ਆਸਰੇ ਨਹੀਂ ਕਰਦੀ। ਪਰ ਇੱਕ ਗੱਲ ਆ, ਬਣੀ ਬੜੀ ਵਧੀਆ, ਉਹ ਮੇਰੇ ਤਾਂ ਅੰਦਰ ਲੀਹਾਂ ਪਾਉਂਦੀ ਜਾਂਦੀ ਆ। ਉਹ ਅਸੀਂ ਤਾਂ ਵਧੀ ਬਣਾਉਂਦੇ ਹਾਂ, ਉਹ ਮਾੜੀ ਚੀਜ਼ ਤਾਂ ਕਦੇ ਬਣਾਈ ਓ ਨਹੀਂ। ਉਹ ਕਹਿ ਲਿਆ
मैं सुनया तू जमीन बेच रहा है यार। हाँ भाई बेच रहे हैं शेरिया। भाई मैनू पैसों की लोड़ है। वो मैं सोचा भी जिन्हों के देने लैने दे के पर जबर विड़ी वो करजा ला के बेफिक्रे हो जाइए। वो गल तो भीरे यह चंगी है तेरी। वो कोई कल जवाखा नू मेना नहीं मारूगा भी तेरे बाप ने साढ़े पैसे देने थे। ओ खरी गल है भाई तेरी कह लिया। ओ मेरी सुनो गल वे जे तो जमीन बेचनी है शेर नू बेच देगा वो नाले अपना यार वेली है। वो तेरे ते शेर की जमीन च कोई फर्क थोड़ी है यार। अपन नू तो पैसे चाहिए ने भावे जमीन शेरा ले ले भावे कोई होर। बस ठीक है ओ शेरिया आ फड़ा अपने कले बाई नू साई आपा करिए गल पक्की नाले पार्टी लेंदे बना के मेरे यारा। पक्की गल हाँ फड़ा दे। लै भी करने आलसिया आ चक अज तो अद्धा गिला साडा। बस ठीक है भाई बाकी भाई जिदन रजिस्ट्री कराएगा उदे मिलने नाल दी नाल चक्की सारे पैसे। ठीक है भाई अज तो अद्धा किला शेर है तेरा। ठीक है बूटे चंगा भाई मैं चलदा। ऐ करी ध्यान नाल जाई ओ पैसे टके दा काम आ। ओ कोई नहीं भाई कोई नहीं ओ संभाल के ले जी। हाँ हाँ ले जूंगा। ओ बग जाएगा कोई छड़ के आ मैं। ओ देखी देखी ओ पैसे सांभ के ले जी पैसे। ਕਿਵੇਂ ਸੜਾ ਨਾਗ ਵਾਂਗੂ ਬਲੇਟੀਆਂ ਪਾਉਂਦਾ ਜਾਂਦਾ। ਆਪਾਂ ਦੇਤੇ ਚਾਹੇ ਸੜਾ ਸਿੱਟੇ ਚਾਹੇ ਰੱਖੇ। ਬਾਈ ਸ਼ੇਰਿਆ ऐसा बनालता है सारा छेती होना का हो जूगा। हाँ बूटिया लगता था मैनू भी यही है। ओ शेरिया जेड़ा कदा किला रह गया ना वो भी आप ही खरीदांगे। मेरी सुन गल ओ तू पैसे धेले का इंतजाम करके रखी। ओ तू भाई पैसे की फिक्र ना कर ओ जट अद्धी रोटी खा के सार लू पर नाल लगदी जमीन नहीं छड़ूगा। चल हुण आपां भी चलीए ओ जवाक राह देखदे हुणे घरे। ओए भांडा टींडा चकला नहीं जूत पैणगे करों। चल चलीए हुण ओ तेरी आ मैनू दे दे मैं घरे जाके ला लूंगा। मर लै 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 जमीन आप लई आ मैं कहा पार्टी लवांगे। ए सड़ा जांदा बोतल भी लै गया चक्के ਸਾਲਿਆਂ ਨੇ ਦਿਮਾਗ ਖਾਧਾ ਪਿਆ। ਤੂੰ ਨਾ ਮਨ ਲਾ ਕੇ ਪੜ ਜਦੋਂ ਤੂੰ ਵੱਡੀ ਹੋਗੀ ਨਾ ਫਿਰ ਆਪਾਂ ਤੈਨੂੰ ਬਾਹਰ ਭੇਜਾਂਗੇ। ਮੰਮੀ ਮੈਂ ਨਾ ਤੁਹਾਨੂੰ ਲੈ ਕੇ ਜਾਊਂਗੀ ਕੈਨੇਡਾ। ਨਾ ਪੁੱਤ ਭਲਾ ਮੈਂ ਉੱਥੇ ਜਾ ਕੇ ਕੀ ਕਰਨਾ ਨਾਲੇ ਭਲਾ ਤੂੰ ਮੈਥੋਂ ਉੱਥੇ ਕੀ ਕਰਾਉਣਾ ਹੈਂ। ਕੁਛ ਨਹੀਂ ਮੰਮੀ ਡੈਡੀ ਤੁਹਾਨੂੰ ਕੁੱਟਦੇ ਆ ਨਾ ਤਾਂ ਕਰਕੇ ਲੈ ਜੂੰਗੀ। ਡੈਡੀ ਕਿਉਂ ਕੁੱਟਦੇ ਨੇ ਮੰਮੀ। ਸਭ ਕਰਮ ਕਰਮਾਂ ਦੀ ਖੇਡ ਆ ਪੁੱਤ ਜੋ ਲੇਖਾਂ 'ਚ ਲਿਖਿਆ ਹੈ ਨਾ ਉਹ ਮਿਲੀ ਜਾਂਦਾ। ਚੱਲ ਛੱਡ ਮੈਂ ਵੀ ਕੀ ਗੱਲਾਂ ਲੈ ਕੇ ਬਹਿ ਗਈ ਤੂੰ ਕੀ ਲੈਣਾ ਇਹਨਾਂ ਗੱਲਾਂ ਤੋਂ। ਚੱਲ ਤੂੰ ਸਕੂਲ ਜਾ ਤੂੰ ਲੇਟ ਹੋ ਜਾਏਂਗੀ। ਚੱਲ ਆ ਮੈਂ ਤੈਨੂੰ ਬੈਗ ਦੇਵਾਂ। ਬਿੰਦਰੋ ਉਹ ਬਿੰਦਰੋ ਆ ਫੜ ਪੈਸੇ ਜਾ ਸਾਹਮਣੇ ਅਲਮਾਰੀ 'ਚ। ਆ ਇੰਨੇ ਪੈਸੇ ਤੇਰੇ ਕੋਲ ਕਿਵੇਂ ਆਏ। ਉਹ ਅੱਜ ਆਪਾਂ ਆਪਣੀ ਅੱਧਾ ਗੱਲਾ ਜ਼ਮੀਨ ਵੇਚਤੀ ਇਹ ਉਹਦੇ ਪੈਸੇ ਆ। ਜ਼ਮੀਨ
ਵੇਚਤੀ ਪਰ ਜ਼ਮੀਨ ਵੇਚਣ ਦੀ ਕੀ ਲੋੜ ਸੀ ਆਪਣੇ ਕੋਲ ਤਾਂ ਪਹਿਲਾਂ 1.5 ਕਿੱਲਾ ਜ਼ਮੀਨ ਸੀ ਸਾਰੀ ਓਏ ਉਹ ਤਾਂ ਤੇਰੀ ਗੱਲ ਠੀਕ ਆ ਮੈਂ ਸੋਚਿਆ ਨਾਲੇ ਤਾਂ ਆਪਣਾ ਲੈਣ ਦੇਣ ਉਤਰ ਜੋ ਤੇ ਨਾਲੇ ਥੋੜਾ ਜਿਹਾ ਖਰਚੇ ਕਰਨੀ ਉਹ ਹੱਥ ਖੋਲਾ ਹੋ ਜੋ ਤਾਂ ਲੈਣ ਦੇਣ ਕਿੰਨਾ ਕੁ ਸੀ ਕਿਤੇ ਜੇ ਕੋਈ ਕੰਮ ਕਾਰ ਕਰਦਾ ਤਾਂ ਉਹ ਵੀ ਲੈ ਜਾਣਾ ਸੀ ਤੈਨੂੰ ਤਾਂ ਬਸ ਆਪਣੀ ਸ਼ਰਾਬ ਦਾ ਮੈਂ ਕੁੜੀ ਵੱਲ ਧਿਆਨ ਕੀਤਾ ਕਦੇ ਦਿਨੋ ਦਿਨ ਜਵਾਨ ਹੋਈ ਜਾਂਦੀ ਆ ਉਹ ਸਾਰਾ ਫਿਕਰ ਆ ਮੈਨੂੰ ਕੁੜੀ ਦਾ ਉਹ ਮੇਰੀ ਕੁੜੀ ਆ ਹੈਗਾ ਮੈਨੂੰ ਫਿਕਰ ਕੁੜੀ ਦਾ ਤੈਨੂੰ ਤਾਂ ਆਪਣੀ ਸ਼ਰਾਬ ਦਾ ਫਿਕਰ ਆ ਹੋਰ ਨਹੀਂ ਤੈਨੂੰ ਫਿਕਰ ਕਿਸੇ ਦਾ ਉਹ ਕੀ ਸ਼ਰਾਬ ਸ਼ਰਾਬ ਲਾਈ ਆ ਸ਼ਰਾਬ ਤੇਰੇ ਪਿਓ ਦੀ ਪੀਨਾ ਮੈਂ ਹੈ ਚੁੱਪ ਕਰਕੇ ਬਹਿ ਜਾ ਕਿਤੇ ਐਵੇਂ ਨਾ ਛਿੱਤਰ ਖਾ ਲਈ ਮੰਮੀ ਅੰਦਰ ਆ ਜਾ ਤੁਸੀਂ ਉਹ ਪੁੱਤ ਤੂੰ ਪੜਿਆ ਕਰ ਤੈਨੂੰ ਮੈਂ ਅਫਸਰ ਬਣਾਉਣਾ ਵੱਡਾ ਅਫਸਰ ਸ਼ਾਬਾਸ਼ ਪੜਿਆ ਕਰ ਸਰ ਰੱਖਦੇ ਹੁਣ ਮੇਰਾ ਮੂੰਹ ਕੀ ਦੇਖੀ ਜਾਂਦੀ ਹੈ ਗੱਲ ਗੱਲ ਤੇ ਦਿੰਦੀ ਆ ਜਵਾਬ ਇਹ ਵੇਚੀ ਹੈ ਜ਼ਮੀਨ ਪੁੱਤ ਤੂੰ ਨਾ ਘਬਰਾ ਪੁੱਤ ਅਫਸਰ ਬਣਾਊ ਤੈਨੂੰ ਪੁੱਤ ਵੱਡਾ ਅਫਸਰ ਬਣਾਊ ਪੜਾਊਗਾ ਪੁੱਤ ਮੇਰਾ ਵਾਅਦਾ ਤੇਰੇ ਨਾਲ ਅਫਸੋਸ ਕੀ ਸਿਵਰੀਆ ਹੈ ਸਰਾਣਾ ਜਿਹਾ ਫਟਿਆ ਹੋਇਆ ਸੀ ਮਾੜਾ ਜਿਹਾ ਮੈਂ ਕਿਹਾ ਸੀਦਾ ਸਰਜੀਤ ਗੁਰੇ ਹਾਂ ਮੈਂ ਤਾਂ ਕਹਿੰਦਾ ਜੀ ਵਿਹਲੇ ਸੀ ਬਿੰਦਰ ਕੋਲ ਨਾ ਕਿਹੜਾ ਮਾਰਿਆ ਮਾਂ ਲੈ ਆ ਤਾਂ ਵਧੀਆ ਗੱਲ ਕਹੀ ਮਾਰਿਆ ਉਹ ਗੇੜਾ ਨਾਲੇ ਬਿੰਦਰ ਨੇ ਵੀ ਕਿੰਨੀ ਵਾਰੀ ਕਿਹਾ ਕਿ ਬਾਪੂ ਆਉਂਦਾ ਹੀ ਨਹੀਂ ਹੈਗਾ ਹੈ ਆਹੋ ਨਾਲੇ ਤਾਂ ਬਿੰਦਰ ਦਾ ਲਾਮਾ ਲੈ ਜੂ ਨਾਲੇ ਮੈਂ ਆਪਣੀ ਦੋਤੀ ਨੂੰ ਕਰਨੈਲ ਸਿੰਘ ਨੂੰ ਮਿਲਿਆਉਂ ਬਾਪੂ ਚੱਲ ਆ ਜਾ ਆਪਾਂ ਮੋਟਰਸਾਈਕਲ 'ਤੇ ਚੱਲਦੇ ਹਾਂ ਕਿੱਥੇ ਬੱਸਾਂ 'ਚ ਧੱਕੇ ਖਾਏਗਾ ਲੈ ਇਹ ਉਦੋਂ ਵੀ ਸਹੀ ਗੱਲ ਹੈ ਨਾਲੇ ਪੁੱਤ ਤੂੰ ਆਪਣੀ ਭੈਣ ਨੂੰ ਮਿਲਿਆ ਹੀ ਚੱਲ ਫਿਰ ਐਂ ਕਰ ਫੜਾ ਵਾ ਛੱਡਾ ਤੂੰ ਮੈਂ ਕਰਾਂ ਤਿਆਰੀ ਬੇ ਫੋਟ ਮੂੰਹ ਹੱਥ ਤਾਂ ਧੋ ਲਓ ਨਾਲੇ ਆਪਣੇ ਲੀੜੇ ਬਦਲ ਲਓ ਉਹ ਲੀੜਿਆਂ ਨੂੰ ਕੀ ਹੁੰਦਾ ਮੈਂ ਕੁੜੀ ਲਵੇ ਚੱਲਿਆ ਮੈਂ ਕਿਹੜਾ ਸਹੁਰੇ ਚੱਲਿਆ ਵੀ ਲੋਕ ਕਹਿਣਗੇ ਪ੍ਰਾਹੁਣਾ ਵੀ ਨਾਨਾ ਤੇ ਧੋਤੇ ਆ ਗਿਆ ਓਏ ਚੱਲ ਤੂੰ ਆਏ ਕਰ ਆ ਗੋਹੇ 'ਚ ਲਿਬੜ ਲੈ ਹੈ ਦੱਸ ਕੀ ਸਮਝਾਵਾਂ ਇਹਨੂੰ ਮੈਂ ਚੱਲ ਬਾਪੂ ਹੋ ਜਾ ਤਿਆਰ ਉੱਥੇ ਬੈਠਾ ਹੈ ਘੰਟਾ ਫਿਰ ਤੂੰ ਕਹੇਗਾ ਛੇਤੀ ਚੱਲੀਏ ਕਬੀਲਾ ਹੋ ਗਿਆ ਚੱਲ ਠੀਕ ਆ ਮੇਰੇ ਕੱਪੜੇ ਕੱਢ ਮੈਂ ਪਿੰਡੇ ਪਾਣੀ ਪਾਇਆ ਵਾਂ ਚੱਲ ਚੰਗਾ ਚੱਲ ਜਾ ਠੀਕ ਆ ਪੁੱਤ ਗੱਲ ਸੁਣ ਮੇਰੀ ਉੱਥੇ ਪ੍ਰਾਹੁਣੇ ਨਾਲ ਨਾ ਮਾੜਾ ਜਿਹਾ ਉੱਚਾ ਨੀਵਾਂ ਨਾ ਬੋਲੀ ਰਿਸ਼ਤੇਦਾਰੀ ਆਪਣੀ ਹੈ ਧੀ ਦਿੱਤੀ ਹੋਈ ਆ ਆਪਾਂ ਨੂੰ ਤਾਂ ਨਿਰਮਾਈ ਨਾਲ ਨਿਭੀਦਾ ਹੁੰਦਾ ਪਤਾ ਮੈਨੂੰ ਚੰਗਾ ਬੇ ਬਿੰਦਰ ਨੂੰ ਫੋਨ ਲਾਵਾਂ ਹੈਲੋ ਹਾਂ ਬੇਬੇ ਸਤਿ ਸ਼੍ਰੀ ਅਕਾਲ ਹਾਂ ਪੁੱਤ ਰਾਜੀ ਬਾਜੀਆਂ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਤੈਨੂੰ ਤਾਂ ਫੋਨ ਕੀਤਾ ਸੀਗਾ ਵੀ ਤੇਰਾ ਬਾਪੂ ਤੇ ਤੇਰਾ ਵੀਰਾ ਤੈਨੂੰ ਮਿਲਣ ਆ ਰਹੇ ਨੇ ਅੱਛਾ ਕਦੋਂ ਕੁ ਤੁਰੇ ਸੀ ਭਲਾ ਲੈ ਪੁੱਤ ਉਹ ਤਾਂ ਤੇਰੇ ਕੋਲ ਪਹੁੰਚਣ ਵਾਲੇ ਵੀ ਹੋਣਗੇ ਲੈ ਦੱਸ ਉਹ ਤਾਂ ਆ ਵੀ ਗਏ ਅੱਛਾ ਲੈ ਦੱਸ ਚੱਲ ਚੰਗਾ ਚੱਲ ਵਧੀਆ ਕੀਤਾ ਪਹੁੰਚ ਗਏ ਹਾਏ ਲੈ ਦੱਸ ਮੈਂ ਤਾਂ ਦਾਰ ਰੱਖੀ ਹੋਈ ਸੀ ਸਤਿ ਸ਼੍ਰੀ ਅਕਾਲ ਬੇਟੇ ਰਾਜੇ ਬਾਈ ਸਤਿ ਸ਼੍ਰੀ ਅਕਾਲ ਆਪਣੇ ਸਤਿ ਸ਼੍ਰੀ ਅਕਾਲ ਆਓ ਬਾਪੂ ਜੀ ਬੈਠੋ ਨਾ ਆ ਗਈ ਭੈਣ ਦੀ ਯਾਦ ਬਸ ਭੈਣੇ ਕਾਲ ਤੋਂ ਘਰੇ ਘਰ ਤੋਂ ਖੇਤ ਟਾਈਮ ਹੀ ਨਹੀਂ ਲੱਗਦਾ ਸਾਰੀ ਦਿਹਾੜੀ ਲੰਘ ਜਾਂਦੀ ਆ ਕੰਮ ਹੀ ਨਹੀਂ ਮੁੱਕਦੇ ਚੱਲ ਤੁਸੀਂ ਬੈਠੋ
मैं चाह बना के लेके आनी है। चाह फिर पी लाई भेने। हाँ भाई राजे पुत आशु तो करने वाले दिन गए ने कि आशु तो बापू जी स्कूल गई हुई है आने वाली हुई है बस ये पिंड च गए कि बड़ी लंबी सत श्रीकाल पढ़ के मेरा पुत शाबाश अच्छा मैं तेरे बाद झीजी ले आया बिंद्रो अदे पुत्र ने जोड़ो जो कट गए भेज मेरे पुत ले अच्छी जी चल चंगा बापू जी तुसी बैठो मैं चाह बना के लेके आनी ओ भेजा भेने चाह फिर बना ली क्यों पीनी नहीं मेरे असी पी की तुरे थे पिंडो ले दस ना पेंट वाली हले पई हुई आ मैं बना के लेके आनी आ ओ ते केड़ा टाइम लगना कोई ओ कोई ना पुत ठहर के पी लांगे नाले करनैल सुन आजूगा और सुना पुत खेती बाड़ी ठीक आ ठीक है बस बापू जी की दसा मेरा तो दसन भी दिल नहीं करता कोई गल हुई है की गल हुई पैने सुखता है कित्थे सोखा वीरे मसा डेढ़ किला जमीन सी सारी ओदे च भी कल अद्धा किला वेचती हुन तू ही दस की खावांगे कल कुड़ी भी बहनी है सारिया में रोटी टुक भी खाना एदा काम बहुत गलत करया करने वाले सोने बस पुछो ना बापू जी की दसा थोनू मैनू इत्थे व्याह के ना तुसी पिछले जन्म का कोई व्यार कढ़िया मेरे नाल ना कदे चंगा मैं खा के देखिया ना चंगा हटा के देखिया पुत मापे कदे माड़ा नहीं सोचते तिया का सारिया किस्म दिया गल्लां ने नाले सानू कड़ा पता थी कि करनैल सिंह इस तरह का निकला होगा तू फिक्र ना कर असी तेरे नाल हां बापू जी आशु दे ना कपड़े तक पाटे पए ओदे कोल तां नवे कपड़े लियाउण लई पैसे तक नहीं हैगे कोई ना दिए तू दिल ना होला कर पैसे साथों ले ला इहनूं कपड़े जिहा दे अज तां थोड़े तों लै लूंगी बापू जी ते कल्लों कल्लों की करूंगी नाले तुहाडियां अपणियां वी तां जिम्मेवारियां ने तुसी भी तो घर खर्च करना होंदा नाना जी मैं भी थोड़े नाल जाना नाल जाना कोई गल नहीं पुत पहला नवे कपड़े ले आया हैं फिर चली साडे नाल नाले तेरे पेपर ने ना हुण तू पढ़िया कर पुत ठीक है फिर ले जाऊंगा तेनों हैप्पी दे बापू नूं फोन लावां पता करा चले ने कि नहीं करनैल सू आया नहीं तड़के तक की पता ले तेरी मां का फोन आ भी गया हाँ हाँ हैलो मेख्या जी तुसी चल पे ओ नहीं नहीं बस तुन लग गया हुण ले ओ चल पो हुण छेती ओ बाला कवेला ना करियो तुसी तुहानू पता तो हैगा अजकल हालात कहजे चल रहे ने टाइम नाल घरे आ जाओ दोने जाने चंगा आहो ठीक आ हाँ हाँ तुरन लग गया बस माड़ा जिहा करनैल नू ठीक देती बस आ गए आ गए आ लो बापू जी चल चंगा पुत असीं चलदे आ हुण चलो ठीक है बापू जी जदों हुण जाना ही है तो फिर एवें कवेला ना करो अजकल राज बड़े लुटेरे फिरदे आ आहो अजकल तुहानू पता ही है नशे पत्ते वाले दा 100 रुपये पिछे बंदा मार दिंदे ने चल ठीक है तीए चंगा हुण रुक जाओ बापू जी आउंदा ओ मिलके जायो सत श्री अकाल बापू जी सत श्री अकाल भाई और आज खुशियां सत श्री अकाल भाई जी ओए होर भी हैप्पी किवें चलदी है तेरी पढ़ाई भाई वधी चलदी है तुसी दसो आपां भी ठीक ही हैं कदों गए इसे खासा टाइम हो गया पुत्त आया नू हुण तां चले थी बस एने तू आ गया हुण तां जाने आ ओ चले जायो बापू जी ओ बहने अज ओ पैग शैग लाउने आ कल नू जा बड़े पिंड ओ ना पुत्त घरां पशु डंगरां दा औखा हो जांदा
तेरी बेबी तो हूँ कम नहीं होंदा। चलो ठीक है जी, जिवें थोड़ी मर्जी। चलिए बापू, फिर नेरा हो जाना, एवें फिर अखा जा मच्छर पैणगे। चंगा पुत, मारे गड़ा है, चल भी शेरा। चंगा जी, चल चल पुत, मारे गड़ा पुत। हाँ बापू, जरूर आवांगे। हाँ बापू, ठीक है, सत श्री अकाल। ना किथे सी सवेर दा, किथे गया सी? ओ इत्थे सी पिंड च, मैं केड़ा मिले जाना। बापू जी सवेर दे डीक के चले गए। ओ फिर की हो गया, ऐवें चिड़चिड़ जी ना करया कर वाली। जा रोटी बना मेरे वास्ते। जदों मर्जी देख ला, पिटने लग जांदी है। वो बापू ही आया थी, कोई मुख्यमंत्री तो नहीं आ गया। वो लिया रोटी लिया।